ਚੱਲ ਗਏ ਦੀਦੀ ਉਹਨਾਂ ਨੇ ਮੈਨੂੰ ਨਾ ਮਗਾ ਕੇ ਦਿੱਤਾ ਇੱਕ ਹਾਂ ਯੈਸ ਅਨਦਰ ਬਾਕਸ ਮੇਰਾ ਕਿਹੜਾ ਉਹੀ ऑनलाइन ऑर्डर करके डिलीवर कराया मेरे घर कि रात नू मेनू नींद आ जाए करे मेनू बहुत प्रॉब्लम आती रात नू नींद नहीं आती डिफ्यूजर या स्टोन डिफ्यूजर ਨਾਲ ਆਇਲ ਵੀ ਉਹ ਨਾਲ ਆਇਲ ਵੀ ਭੇਜੇ ਇਹਨਾਂ ਨੇ ਔਰ ਥੈਂਕ ਯੂ ਦੀਦੀ ਐਂਡ ਥੈਂਕ ਯੂ ਭਾਜੀ ਫੋਰ ਲਵਲੀ ਖੁੱਲ੍ਹੇ ਮੰਦੇ ਫੋਰ ਲਵਲੀ ਗਿਫਟ ਗਿਫਟ ਨਹੀਂ ਮਤਲਬ ਇੰਨੀ ਕੇਅਰ ਕਰਨ ਲਈ ਮੈਨੂੰ ਮੇਰੀ ਸੱਚੀ ਮੈਂ ਰਾਤ ਨੂੰ ਪਾਗਲ ਹੋ ਜਾਂਦੀ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸਾਰੀ ਸਾਰੀ ਰਾਤ ਮੈਂ ਜਾਗਦੀ ਰਹਿੰਦੀ ਹਾਂ ਹਾਂ ਅਤੇ ਮੈਂ ਕਹਿ ਕੇ ਦਿੱਤਾ ਇਲੈਕਟ੍ਰੋਨਿਕ ਹੈ ਮੰਦੇ ਯੈਸ ਇਲੈਕਟ੍ਰੋਨਿਕ ਹੈ ਡਿਫਿਊਜ਼ਰ ਹੈ गुड फील कर सकते बिफोर स्लीप ना रिलैक्सिंग फील कर सकते हैं जे किसी चाहिए है तो मैं लिंक पुछ के ये पा दूंगी थैंक यू सो मच दीदी एंड भाजी इन्नी केयर करने लिए वेलकम बैक टू माई चैनल की हाल चाल है थोड़ा तो उम्मीद करते हैं कि तुम सारे वधिया होंगे अज काफ़ी दिन बाद मैं वीडियो बना रही हूँ करके जिदा कि थानू पता ही सी मेरी हुई सी हाथ की सर्जरी तो सर्जरी तो बाद हुण मैं थोड़ा बैटर फील कर रही हूँ तो इसलिए क्यों ना मैं क्या किचन च कुछ बनाया जाए घर च बह बह के बोर हो रहे हैं तो अज मैं थोड़े नाल शेयर करने वाली हाँ बनाना ब्रैड की रेसिपी तो वह भी एगलैस कि आप एगलैस बनाना ब्रैड कि बना सकते हैं उस आपू चाहिए दो बनाना जे थोड़े को ज़्यादा राइप बनाना है तो वधिया आ जो थोड़े कोई भी बनाना तुसी ले सकते हैं तो इनू चंगी तरह तुसी कर लो मैश मैश करन तो बाद इहदे विच मैं 3/4 कप पाया ऑयल 2 बनाना एंड 3/4 कप पाया ऑयल एंड 1 कप पाऊंगी इहदे विच मैं शुगर तो शुगर तुसी वाइट ले सकते हैं ब्राउन ले सकते हैं कोई भी ले सकते हैं इट्स ऑल अप टू यू तो इस तो बाद मैं 3/4 कप पाया दही दही नूं मैं चंगी तरह फेंट लिया सी
ਅਤੇ ਇਹਨੂੰ ਚੰਗੀ ਤਰ੍ਹਾਂ ਫੈਂਟਣ ਤੋਂ ਬਾਅਦ ਇਹਦੇ ਵਿੱਚ ਮੈਂ ਐਡ ਕਰ ਲਿਆ ਦਹੀਂ ਅਤੇ ਇਹਨੂੰ ਇੱਕ ਚੰਗੀ ਤਰ੍ਹਾਂ ਮਿਕਸ ਦੇ ਦੇਵਾਂਗੇ ਆਪਾਂ ਤਾਂ ਜੋ ਜਿਹੜੀ ਸ਼ੂਗਰ ਵਗੈਰਾ ਆ ਅਤੇ ਜੋ ਵੀ ਆਪਾਂ ਦਹੀਂ ਵਗੈਰਾ ਪਾਇਆ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਅਤੇ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਮੈਂ ਐਡ ਕਰੂੰਗੀ 2.5 ਕੱਪ ਮੈਦਾ ਅਤੇ ਇਹਦੇ ਵਿੱਚ ਐਡ ਕਰ ਦੇਵਾਂਗੇ ਆਪਾਂ ਮੈਦਾ ਜੇ ਤੁਸੀਂ ਨੋਰਮਲ ਰੋਟੀ ਵਾਲਾ ਆਟਾ ਲੈਣਾ ਚਾਹੁੰਦੇ ਹਾਂ ਤੁਸੀਂ ਉਹ ਵੀ ਲੈ ਸਕਦੇ ਹਾਂ ਅਤੇ ਇਹ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ 2 ਇਨਗਰੀਡੀਅੰਟ ਮੇਨ ਇਨਗਰੀਡੀਅੰਟ ਜਿਹਨੇ ਕਿ ਆਪਣੇ ਕੇਕ ਨੂੰ ਫਲੱਫੀ ਬਣਾਉਣਾ ਆ ਬੇਕਿੰਗ ਪਾਊਡਰ ਐਂਡ ਬੇਕਿੰਗ ਸੋਡਾ ਅਤੇ 1 ਟੀਸਪੂਨ ਮੈਂ ਬੇਕਿੰਗ ਪਾਊਡਰ ਪਾਇਆ ਆ ਐਂਡ 1 ਟੀਸਪੂਨ ਹੀ ਮੈਂ ਬੇਕਿੰਗ ਸੋਡਾ ਪਾਇਆ ਆ ਅਤੇ ਮੇਰੇ ਕੋਲ 1/2 ਟੀਸਪੂਨ ਵਾਲਾ ਸਪੂਨ ਆ ਇਸ ਲਈ ਮੈਂ 2 ਟਾਈਮ ਪਾ ਰਹੀ ਹਾਂ ਅਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਅਤੇ ਜੇ ਤੁਹਾਡੇ ਕੋਲ ਆਟਾ ਗੁੰਨਣ ਵਾਲੀ ਮਸ਼ੀਨ ਹੈਗੀ ਆ ਡੋ ਮੇਕਰ ਹੈਗਾ ਆ ਤਾਂ ਤੁਸੀਂ ਉਹਦੇ ਵਿੱਚ ਪਾ ਕੇ ਵੀ ਚੰਗੀ ਤਰ੍ਹਾਂ ਮਿਕਸ ਕਰ ਸਕਦੇ ਹਾਂ ਅਤੇ ਮੈਂ ਇਹਨੂੰ ਆਹ ਬਿਸਕ ਦੇ ਨਾਲ ਹੀ ਮਿਕਸ ਕਰ ਰਹੀ ਹਾਂ ਅਤੇ ਜੇ ਤੁਹਾਨੂੰ ਬੈਟਰ ਥੋੜ੍ਹਾ ਥਿੱਕ ਲੱਗ ਰਿਹਾ ਹੈ ਤਾਂ ਤੁਸੀਂ ਇਹਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਟੇਬਲ ਸਪੂਨ ਦੇ ਹਿਸਾਬ ਨਾਲ ਮਿਲਕ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਸਕਦੇ ਹਾਂ ਇੱਕੋ ਵਾਰੀ ਜ਼ਿਆਦਾ ਮਿਲਕ ਨਾ ਪਾ ਦਿਓ ਤਾਂ ਜੋ ਤੁਹਾਡਾ ਜਿਹੜਾ ਬੈਟਰ ਆ ਉਹ ਜ਼ਿਆਦਾ ਰਨੀ ਹੋ ਜਾਵੇ ਅਤੇ ਫਿਰ ਤੁਹਾਡਾ ਕੇਕ ਵਧੀਆ ਨਹੀਂ ਬਣ ਕੇ ਆਉਣਾ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਮੈਂ ਮੇਰੇ ਤੋਂ ਵਿਸਕ ਦੇ ਨਾਲ ਚੰਗੀ ਤਰ੍ਹਾਂ ਨਹੀਂ ਹੋ ਰਿਹਾ ਤਾਂ ਮੈਂ ਸਪੈਚੁਲਾ ਦੀ ਹੈਲਪ ਦੇ ਨਾਲ ਇਹਨੂੰ ਥੋੜ੍ਹਾ ਥੋੜ੍ਹਾ ਮਿਲਕ ਪਾ ਕੇ ਇਹਨੂੰ ਚੰਗੀ ਤਰ੍ਹਾਂ ਇੱਕ ਬੈਟਰ ਜਿਹਾ ਬਣਾ ਲਿਆ ਆ ਉਸ ਤੋਂ ਬਾਅਦ ਆਪਾਂ ਆਪਣੀ ਬੇਕਿੰਗ ਡਿਸ਼ ਆ ਜਿਹੜੀ ਉਹਨੂੰ ਰੈਡੀ ਕਰ ਲਵਾਂਗੇ ਮੇਰੇ ਕੋਲ ਸਕੁਏਅਰ ਵਾਲੀ ਨਹੀਂ ਹੈਗੀ ਮੇਰੇ ਕੋਲ ਰਾਊਂਡ ਵਾਲੀ ਆ ਅਤੇ ਮੈਂ ਬੇਕਿੰਗ ਪੇਪਰ ਟਰਾਈ ਕਰ ਰਹੀ ਸੀ ਕਿ ਰਾਊਂਡ ਕੱਟ ਹੋ ਜਾਵੇ ਪਰ ਮੇਰੇ ਤੋਂ ਚੰਗੀ ਤਰ੍ਹਾਂ ਨਹੀਂ ਕੱਟਿਆ ਗਿਆ ਬਟ ਮੈਂ ਇਹਨੂੰ ਨੀਚੇ ਲਾ ਰਹੀ ਸੀ ਤਾਂ ਜੋ ਮੇਰਾ ਕੇਕ ਥੱਲੇ ਨਾ ਲੱਗ ਜਾਵੇ ਸਪਰੇਅ ਕਰਨ ਤੋਂ ਬਾਅਦ ਤੁਸੀਂ ਉੱਪਰ ਬੇਕਿੰਗ ਪੇਪਰ ਲਾਉਣਾ ਆ ਜੇ ਤੁਹਾਡੇ ਕੋਲ ਬੇਕਿੰਗ ਪੇਪਰ ਨਹੀਂ ਹੈਗਾ ਤੁਸੀਂ ਸਪਰੇਅ ਕਰਨ ਤੋਂ ਬਾਅਦ ਇਹਦੇ ਉੱਤੇ ਮੈਦਾ ਵੀ ਛਿੜਕ ਸਕਦੇ ਹਾਂ ਥੋੜ੍ਹਾ ਜਿਹਾ ਪਾ ਕੇ ਤਾਂ ਜੋ ਤੁਹਾਡਾ ਕੇਕ ਥੱਲੇ ਨਾ ਚਿਪਕ ਜਾਵੇ ਤੁਹਾਡੇ ਭਾਂਡੇ 'ਤੇ ਅਤੇ ਬੇਕਿੰਗ ਡਿਸ਼ ਆਪਣੀ ਰੈਡੀ ਹੋ ਗਈ ਆ ਅਤੇ ਹੁਣ ਆਪਾਂ ਇਹਦੇ ਵਿੱਚ ਪੋਰ ਕਰ ਦੇਵਾਂਗੇ ਆਪਣਾ ਬੈਟਰ ਜਿਹੜਾ ਕਿ ਬਣਾਇਆ ਆ ਅਤੇ ਤੁਸੀਂ ਦੇਖ ਸਕਦੇ ਹਾਂ ਕਿ ਬੈਟਰ ਨੂੰ ਮੈਂ ਬਹੁਤ ਹੀ ਨਾ ਰਨੀ ਬਣਾਇਆ ਆ ਨਾ ਹੀ ਜ਼ਿਆਦਾ ਥਿੱਕ ਕੀਤਾ ਆ ਮਤਲਬ ਈਜ਼ਲੀ ਨਿਕਲ ਰਿਹਾ ਆ ਭਾਂਡੇ 'ਚੋਂ ਸਪੈਚੁਲਰ ਦੇ ਨਾਲ ਅਤੇ ਇੱਦਾਂ ਦਾ ਹੀ ਤੁਸੀਂ ਆਪਣੇ ਬੈਟਰ ਨੂੰ ਰੱਖਣਾ ਆ ਅਤੇ ਪਲੀਜ਼ ਥੋੜ੍ਹਾ ਥੋੜ੍ਹਾ ਕਰਕੇ ਦੁੱਧ ਪਾਇਓ ਅਦਰਵਾਈਜ਼ ਜੇ ਤੁਹਾਡਾ ਬੈਟਰ ਇੱਕ ਵਾਰੀ ਖਰਾਬ ਹੋ ਗਿਆ ਤਾਂ ਤੁਹਾਡਾ ਕੇਕ ਵਧੀਆ ਨਹੀਂ ਬਣ ਕੇ ਆਉਣਾ ਅਤੇ ਮੇਨ ਗੱਲ ਇਹ ਹੁੰਦੀ ਆ ਜਦੋਂ ਵੀ ਆਪਾਂ ਬੇਕਿੰਗ ਕਰਦੇ ਹਾਂ ਬੇਕਿੰਗ 'ਚ ਮੇਨ ਗੱਲ ਇਹ ਹੁੰਦੀ ਆ ਕਿ ਤੁਸੀਂ ਜਿਹੜੀ ਮੇਜ਼ਰਮੈਂਟ ਹੁੰਦੇ ਆ ਉਹਨੂੰ ਤੁਸੀਂ ਪਰਫੈਕਟ ਤਰੀਕੇ ਨਾਲ ਯੂਜ਼ ਕਰਨਾ ਹੁੰਦਾ ਆ ਵੱਧ ਘੱਟ ਤੁਸੀਂ ਇਹਦੇ ਵਿੱਚ ਨਹੀਂ ਕਰ ਸਕਦੇ ਇਹ ਆਮ ਕੁਕਿੰਗ ਵਾਂਗੂ ਕੁਕਿੰਗ ਨਹੀਂ ਹੁੰਦੀ ਬੇਕਿੰਗ ਥੋੜ੍ਹੀ ਜਿਹੀ ਡਿਫਰੈਂਟ ਹੁੰਦੀ ਆ ਅਤੇ ਇਹਨੂੰ ਪ੍ਰੋਪਰ ਮੇਜ਼ਰਮੈਂਟ ਦੇ ਨਾਲ ਹੀ ਆਪਾਂ ਨੂੰ ਬਣਾਉਣਾ ਪੈਂਦਾ ਆ ਅਤੇ ਇਹਦੇ ਉੱਤੇ ਮੈਂ ਥੋੜ੍ਹੇ ਜਿਹੇ ਡੈਕੋਰੇਸ਼ਨ ਕਰ ਦਿੱਤੀ ਆ ਅਤੇ ਇੱਧਰ ਆਪਣਾ ਮੈਂ ਕਰ ਲਿਆ ਆ ਓਵਨ ਸੈੱਟ ਮੈਂ ਵੇਖ 'ਤੇ ਕੀਤਾ ਆ ਬਟ ਫੈਨ ਨਹੀਂ ਔਨ ਕੀਤਾ 160 to 180 ਡਿਗਰੀ 'ਤੇ ਅਤੇ ਹੁਣ ਮੈਂ ਕੇਕ ਅੰਦਰ ਰੱਖ ਦੂੰਗੀ ਐਟਲੀਸਟ 30 to 35 ਮਿੰਟਸ ਅਤੇ 30 ਮਿੰਟਸ ਤੋਂ ਬਾਅਦ ਮੈਂ ਚੈੱਕ ਕਰੂੰਗੀ ਜੇ ਇਹ ਵਿੱਚ ਹਜੇ ਵੀ ਇਹ ਕੱਚਾ ਹੋਇਆ ਤਾਂ ਮੈਂ ਇਹਨੂੰ 5 to 10 ਮਿੰਟ ਹੋਰ ਰੱਖੂੰਗੀ ਮੈਂ ਕੇਕ ਚੈੱਕ ਕੀਤਾ ਅਤੇ ਇਹ ਫੁੱਲੀ ਡਨ ਸੀਗਾ ਇਹਨੂੰ ਮੈਂ ਹੁਣ ਬਾਹਰ ਕੱਢ ਕੇ ਰੱਖ ਲਊਂਗੀ ਅਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹਾਂ ਕੇਕ ਮੇਰਾ ਪਰਫੈਕਟਲੀ ਬੇਕ ਹੋ ਕੇ ਬਾਹਰ ਆਇਆ ਆ ਅਤੇ ਹੁਣ ਇਹਨੂੰ ਮੈਂ ਥੋੜ੍ਹਾ ਜਿਹਾ ਟਾਈਮ ਦਊਂਗੀ ਠੰਡਾ ਹੋਣ ਲਈ ਤਾਂ ਜੋ ਜਿਹੜਾ ਕੇਕ ਹੈ ਮੇਰਾ ਸੈੱਟ ਹੋ ਜਾਵੇ ਜੇ ਮੈਂ ਇਹਨੂੰ ਗਰਮ ਹੀ ਕੱਢ ਲੂੰਗੀ ਤਾਂ ਮੇਰੇ ਕੇਕ ਟੁੱਟਣ ਦੇ ਚਾਂਸ ਕਾਫੀ ਜ਼ਿਆਦਾ ਹੋ ਜਾਣੇ ਆ ਅਤੇ ਇੱਥੇ ਹੁਣ ਮੇਰਾ ਕੇਕ ਰੈਡੀ ਹੋ ਗਿਆ ਆ ਅਤੇ ਠੰਡਾ ਵੀ ਹੋ ਗਿਆ ਆ ਅਤੇ ਤੁਸੀਂ ਦੇਖ ਸਕਦੇ ਮੈਂ ਇਹਨੂੰ ਟੱਚ ਕਰ ਸਕਦੀ ਹਾਂ ਈਜ਼ਲੀ ਅਤੇ ਇੰਨਾ ਠੰਡਾ ਹੋ ਜਾਵੇ ਕਿ ਤੁਸੀਂ ਈਜ਼ਲੀ ਇਹਨੂੰ ਟੱਚ ਕਰ ਸਕੋ ਰੂਮ ਟੈਂਪਰੇਚਰ 'ਤੇ ਆਉਣ ਦਾ ਟਾਈਮ ਦਿਓ ਥੋੜ੍ਹਾ ਜਿਹਾ ਅਤੇ ਹੁਣ ਇਹਨੂੰ ਮੈਂ ਡਿਸ਼ ਆਊਟ ਕਰ ਲੂੰਗੀ ਅਤੇ ਤੁਸੀਂ ਦੇਖ ਸਕਦੇ ਨੀਚੇ ਤੋਂ ਵੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਆਇਆ ਆ ਬਰਾਊਨ ਅਤੇ ਜਿਹੜਾ ਮੈਂ ਬੇਕਿੰਗ ਪੇਪਰ ਲਾਇਆ ਸੀ ਉਹਨੂੰ ਹੁਣ ਮੈਂ ਈਜ਼ਲੀ ਨਿਕਲ ਜਾਂਦਾ ਆ ਇਹ ਜ਼ਿਆਦਾ ਚਿਪਕਦਾ ਨਹੀਂ ਕਰਕੇ ਇਹਨੂੰ ਆਪਾਂ ਬੇਕਿੰਗ ਪੇਪਰ ਬਟਰ ਪੇਪਰ ਹੁੰਦਾ ਆ ਅਤੇ ਇਹਨੂੰ ਹੁਣ ਆਪਾਂ ਪੇਪਰ ਨੂੰ ਲਾ ਦੇਵਾਂਗੇ ਅਤੇ ਕੇਕ ਨੂੰ ਆਪਾਂ ਕੱਟ ਕਰਾਂਗੇ ਅਤੇ ਮੈਂ ਕੱਟ ਕਰਕੇ ਤੁਹਾਨੂੰ ਦਿਖਾਊਂਗੀ ਕਿ ਕੇਕ ਮੇਰਾ ਕਿੰਨਾ ਫਲੱਫੀ ਅਤੇ ਅੰਦਰੋਂ ਕਿੰਨਾ ਸਪੰਜੀ ਬਣਿਆ ਆ ਜੇ ਤੁਸੀਂ ਇਸੇ ਮੈਥਡ ਦੇ ਨਾਲ ਕੇਕ ਟਰਾਈ ਕਰੋਗੇ ਤਾਂ ਡੈਫੀਨੇਟਲੀ ਤੁਹਾਡਾ ਕੇਕ ਪਰਫੈਕਟ ਤਰੀਕੇ ਨਾਲ ਬਣ ਕੇ ਬਾਹਰ ਆਊਗਾ ਅਤੇ ਇਸੇ ਤਰ੍ਹਾਂ ਆਪਾਂ ਆ ਗਏ ਹਾਂ ਇਸ ਵੀਡੀਓ ਦੀ ਐਂਡ ਵਿੱਚ ਗਾਇਜ਼ ਜੇ ਤੁਸੀਂ ਹੋਰ ਕੋਈ ਨਵੀਂ ਰੈਸਪੀ ਦੇਖਣਾ ਚਾਹੁੰਦੇ ਹਾਂ ਤਾਂ ਪਲੀਜ਼ ਮੈਨੂੰ ਕਮੈਂਟ ਸੈਕਸ਼ਨ ਵਿੱਚ ਆ ਕੇ ਦੱਸਿਓ ਤੁਸੀਂ ਕਿਹੜੀ ਹੋਰ ਨਵੀਂ ਰੈਸਪੀ ਦੇਖਣਾ ਚਾਹੁੰਦੇ ਹਾਂ ਜਾਂ ਕੋਈ ਵੀ ਸੁਜੈਸ਼ਨ ਦੇਣਾ ਚਾਹੁੰਦੇ ਹਾਂ ਰਿਗਾਰਡਿੰਗ ਮਾਈ ਵੀਡੀਓ
ਅਤੇ ਆਲਵੇਜ਼ ਵੈਲਕਮ ਹੈ ਤੁਹਾਡਾ ਮੇਰੇ ਇਸ ਕਮੈਂਟ ਸੈਕਸ਼ਨ ਵਿੱਚ। ਆਈ ਲਵ ਟੂ ਰੀਡ ਕਮੈਂਟਸ ਐਂਡ ਮੈਂ ਮਿਲਦੀ ਹਾਂ ਤੁਹਾਨੂੰ ਆਪਣੀ ਨੈਕਸਟ ਵੀਡੀਓ 'ਚ। ਅਤੇ ਮੈਂ ਇੰਜੋਏ ਕਰੂੰਗੀ ਆਪਣਾ ਕੇਕ ਹੁਣ, ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਸਿਡਨੀ 'ਚ ਲੱਗਾ ਹੋਇਆ ਲੋਕਡਾਊਨ ਅਤੇ ਆਪਾਂ ਬਾਹਰ ਵੀ ਨਹੀਂ ਕਿਤੇ ਜਾ ਸਕਦੇ, ਅਤੇ ਇਸ ਲਈ ਘਰ ਕੇਕ ਬਣਾ ਕੇ ਮੈਂ ਇੰਜੋਏ ਕਰੂੰਗੀ ਕੇਕ ਵਿਦ ਚਾਹ। ਅਤੇ ਜੇ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ।